गैंग हिंसा जिहड़ी है बीसी दे विच बहुत पुराना वर्तारा आ। 95 तो लैके हुण तक 1995 तो लैके हुण तक 300 दे करीब पंजाबी नौजवान जिहड़े आ ਉਹ ਗੋਲੀਆਂ ਦਾ ਸ਼ਿਕਾਰ ਹੋ ਕੇ ਮਾਰੇ ਜਾ ਚੁੱਕੇ ਆ। ਹੋਰ ਕਮਿਊਨਿਟੀਜ਼ ਦੇ ਮੁੰਡੇ ਵੀ ਮਰਦੇ ਆ, ਪਰ ਅਸੀਂ ਖੁਦ ਪੰਜਾਬੀ ਕਮਿਊਨਿਟੀ ਦੇ ਨਾਲ ਵਾਹ ਵਾਸਤਾ ਹੋਣ ਕਰਕੇ ਸਾਡੇ ਵਾਸਤੇ ਇਹ ਖਬਰਾਂ ਵੱਡੀਆਂ ਹੁੰਦੀਆਂ। ਬੀਤੇ ਦੇ ਵਿੱਚ ਮਨਿੰਦਰ ਧਾਲੀਵਾਲ ਦਾ ਕਤਲ ਹੋਇਆ, ਜਿਹੜਾ ਕਿ ਵਿਸਲਰ ਦੇ ਵਿੱਚ ਇੱਕ ਨੌਜਵਾਨ ਬ੍ਰਦਰ ਕੀਪਰਸ ਗੈਂਗ ਨਾਲ ਸੰਬੰਧਿਤ ਸੀ। ਉਸ ਤੋਂ ਬਾਅਦ ਦੇ ਵਿੱਚ ਦੋ ਗ੍ਰਿਫਤਾਰੀਆਂ ਵੀ ਹੋਈਆਂ, ਅਤੇ ਫਿਰ ਲੰਘੇ ਵੀਕਐਂਡ ਸਾਊਥ ਸਰੀ ਦੇ ਜਿਹੜਾ ਐਥਲੈਟਿਕ ਪਾਰਕ ਆ ਉਹਦੇ ਵਿੱਚ ਗੋਲੀਆਂ ਚਲਾਈਆਂ ਗਈਆਂ, 3 ਜਣਿਆਂ ਦੇ ਗੋਲੀਆਂ ਲੱਗੀਆਂ, ਜਿਨ੍ਹਾਂ ਦੇ ਵਿੱਚੋਂ ਹੁਣ 2 ਦੀ ਮੌਤ ਹੋ ਚੁੱਕੀ ਹੈ, ਇੱਕ ਹੱਲੇ ਕਹਿ ਲਓ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਆ। ਇਸੇ ਦੌਰਾਨ ਹੁਣ ਜਿਹੜੀ ਗੱਲ ਪਤਾ ਲੱਗੀ ਹੈ ਕਿ ਟਿਊਜ਼ਡੇ ਰਾਤ ਮੰਗਲਵਾਰ ਰਾਤ BC ਦੇ ਸ਼ਹਿਰ ਕਲੋਨਾ ਦੇ KL ਰੋਡ ਦੇ ਲਾਗੇ ਸਥਿਤ ਸ਼ੈਲ ਗੈਸ ਸਟੇਸ਼ਨ ਦੇ ਉੱਤੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਨਿਸ਼ਾਨਾ ਬਣਾਇਆ ਗਿਆ। ਉਸ ਨੂੰ ਬਹੁਤ ਹੀ ਸਖ਼ਤ ਜ਼ਖਮੀ ਹਾਲਤ ਦੇ ਵਿੱਚ ਕਲੋਨੇ ਦੇ ਜਨਰਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਕਿ ਹੁਣ ਪੁਲਿਸ ਦੇ ਮੁਤਾਬਕ ਉਹਦੀ ਜਾਨ ਜਿਹੜੀ ਆ ਪੂਰੇ ਖਤਰੇ ਦੇ ਵਿੱਚ ਆ। ਉਹ ਕਹਿੰਦੇ ਬਹੁਤ ਘੱਟ ਆਸ ਆ ਕਿ ਉਸ ਨੂੰ ਬਚਾਇਆ ਜਾ ਸਕਦਾ ਆ, ਇੰਨੀ ਉਹਦੀ ਹਾਲਤ ਜਿਹੜੀ ਆ ਗੰਭੀਰ ਆ। ਪੁਲਿਸ ਦਾ ਕਹਿਣਾ ਆ ਕਿ ਇਹ ਮਿੱਥ ਕੇ ਬਣਾਇਆ ਗਿਆ ਨਿਸ਼ਾਨਾ ਆ, ਅਤੇ ਨਾਲ ਦੀ ਨਾਲ ਉਹਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਵਿਅਕਤੀ ਦੀਆਂ ਅਪਰਾਧਿਕ ਸਰਗਰਮੀਆਂ ਤੋਂ ਉਹ ਪਹਿਲਾਂ ਤੋਂ ਜਾਣੂ ਸੀ, ਅਤੇ ਇਸ ਵਿਅਕਤੀ ਦਾ ਸੰਬੰਧ ਵੀ ਗ੍ਰੇਟਰ ਵੈਨਕੂਵਰ ਲੋਅਰ ਮੇਨਲੈਂਡ ਇਲਾਕੇ ਦੇ ਨਾਲ ਹੈ, ਜੋ ਕਿ ਉੱਥੇ ਕਲੋਨੇ ਗਿਆ ਹੋਇਆ ਸੀ ਜਾਂ ਉੱਥੇ ਰਹਿ ਰਿਹਾ ਸੀਗਾ। ਦੂਜੇ ਪਾਸੇ ਜਿਹੜੀ ਸਾਊਥ ਸਰੀ ਐਥਲੈਟਿਕ ਪਾਰਕ ਦੇ ਵਿੱਚ ਵਾਰਦਾਤ ਹੋਈ ਆ, ਉਹਦੇ ਵਿੱਚ ਜਿਹੜੇ 2 ਜਣੇ ਮਰੇ ਆ ਜਾਂ 1 ਜਣਾ ਹਜੇ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਉਹਨਾਂ ਦੇ ਨਾਵਾਂ ਦੀ ਸ਼ਨਾਖਤ ਕੀਤੀ ਨਹੀਂ ਗਈ। ਨਾ ਕਲੋਨੇ ਵਾਲੇ ਕੇਸ ਵਿੱਚ ਹੋਈ ਆ, ਨਾ ਜਿਹੜੇ ਸਾਊਥ ਸਰੀ ਵਾਲੇ ਕੇਸ ਵਿੱਚ ਸ਼ਨਾਖਤ ਹੋਈ ਆ, ਪਰ ਉੱਥੇ ਜਿੱਥੇ ਇਹ ਵਾਰਦਾਤ ਹੋਈ ਆ ਸਾਊਥ ਸਰੀ ਦੇ ਵਿੱਚ, ਉੱਥੇ ਇੱਕ ਮੈਮੋਰੀਅਲ ਜਿਹੜਾ ਆ ਪਰਿਵਾਰ ਵੱਲੋਂ ਬਣਾਇਆ ਗਿਆ, ਜਿੱਥੇ ਕਿ ਪਰਿਵਾਰ ਵੱਲੋਂ ਆ ਕੇ ਫੁੱਲ ਭੇਂਟ ਕੀਤੇ ਜਾ ਰਹੇ ਆ। ਉਹਨਾਂ ਨੂੰ ਦੇਖਦਿਆਂ ਜਾਪਦਾ ਕਿ ਇਹ ਕੋਈ ਮਿਡਲ ਈਸਟ ਦੇ ਨਾਲ ਸੰਬੰਧਿਤ ਕਿਸੇ ਮੁਲਕ ਦਾ ਇਹ ਮੁੰਡਾ ਜਿਹੜਾ ਆ ਜਾਪਦਾ ਆ, ਕਿਉਂਕਿ ਜਿਹੜੀ ਭਾਸ਼ਾ ਉੱਥੇ ਵਰਤੀ ਗਈ ਆ, ਜਿਹੜੇ ਨਾਂ ਉੱਥੇ ਵਰਤੇ ਗਏ ਆ ਉਸ ਹਿਸਾਬ ਦੇ ਆ। ਸੋ ਇਹਦਾ ਮਤਲਬ ਕਿ ਉਹਨਾਂ ਦੇ ਵਿੱਚੋਂ ਪੰਜਾਬੀ ਨੌਜਵਾਨ ਜਿਹੜਾ ਆ ਉਹ ਨਹੀਂ ਸੀਗਾ। ਇਹਦੇ ਨਾਲ ਇੱਕ ਹੋਰ ਜਿਹੜੀ ਗੱਲਬਾਤ ਅੱਜ ਸਾਹਮਣੇ ਆਈ ਆ ਕਿ ਕੱਲ੍ਹ ਸਵੇਰੇ ਸਾਊਥ ਸਰੀ ਦੇ ਇੱਕ ਕ੍ਰੈਸੈਂਟ ਪਾਰਕ ਦੇ ਵਿੱਚੋਂ ਜਲੀ ਹੋਈ ਗੱਡੀ ਜਿਹੜੀ ਆ ਉਹ ਪੁਲਿਸ ਨੂੰ ਬਰਾਮਦ ਹੋਈ ਆ। ਇਹ ਲੂਈ ਹੋਈ ਗੱਡੀ ਡੈਲਟਾ ਨਜ਼ਦੀਕੀ ਸ਼ਹਿਰ ਆ ਉੱਥੋਂ ਚੋਰੀ ਕੀਤੀ ਗਈ ਸੀਗੀ, ਅਤੇ ਉਸਨੂੰ ਫਿਰ ਉੱਥੇ ਜਾ ਕੇ ਕ੍ਰੈਸੈਂਟ ਪਾਰਕ ਜਿਹੜਾ ਕਿ 24 ਅਤੇ 28 ਐਵਨਿਊ ਦੇ ਵਿਚਾਲੇ ਅਤੇ 128 ਸਟਰੀਟ ਅਤੇ 132 ਸਟਰੀਟ ਦੇ ਵਿਚਾਲੇ ਚਾਰ ਬਲੋਕਾਂ ਦੇ ਵਿੱਚ ਬਹੁਤ ਵੱਡਾ ਪਾਰਕ ਆ ਫੈਲਿਆ ਹੋਇਆ, ਉਹਦੀ ਪਾਰਕਿੰਗ ਲਾਟ ਦੇ ਕੋਲ ਇਹਨੂੰ ਲੂਹਿਆ ਗਿਆ ਆ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਆ ਕਿ ਇਸ ਗੱਡੀ ਦਾ ਸੰਬੰਧ ਕਿਸੇ ਵਾਰਦਾਤ ਦੇ ਨਾਲ ਤਾਂ ਨਹੀਂ ਹੈਗਾ, ਕਿਉਂਕਿ ਜਦੋਂ ਵੀ ਕਿਤੇ ਗੱਡੀ ਲੂਹੀ ਜਾਂਦੀ ਹੈ ਤਾਂ ਅਕਸਰ ਉਦੋਂ ਹੁੰਦਾ ਜਦੋਂ ਕਿਤੇ ਵਾਰਦਾਤ ਕਰਕੇ ਆਏ ਹੋਣ, ਤਾਂ ਫਿਰ ਫੋਰੈਂਸਿਕ ਜਾਂਚ ਫੋਰੈਂਸਿਕ ਸਬੂਤ ਜਿਹੜੇ ਆ ਉਹਨਾਂ ਨੂੰ ਜ਼ੀਰੋ ਕਰਨ ਦੇ ਵਾਸਤੇ ਗੱਡੀ ਜਿਹੜੀ ਆ ਸਬੂਤਾਂ ਸਹਿਤ ਲੂਹ ਦਿੱਤੀ ਜਾਂਦੀ ਆ। ਸੋ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।